हाँ जी, सत श्री अकाल दोस्तों। मैं हाँ थोड़ा अपना सुख सिंह। अज मैं रेडी हो चुका है तो दिल्ली जा रहे हैं। तो रास्ते विचों एक अपने दोस्त नूं लैणा हैगा है, उसनों हरियाणे दे विचों लैणा है। तो दिल्ली में थोड़ा बाइक का काम करवाना है, सीट एडजस्ट करवानी है। जो मैं तुम पिछले ब्लॉग च दस्या सी उस दे विच जो स्पेस है या होर भी कुछ चीज़ों की कमी आई है वह चीज़ा सही करवानी है। तो इस दे नाल नाल शायद कुछ परसन मिलना है तो थोड़ी भी आवेंगे फिर जी उन्होंने ना मिले तो और चलते हैं। बाकी रास्ते दे विच कुछ भी नवा हो नाल जोड़ा गया। हाँ जी दोस्तों, सो मैं पहुंच चुका जींद भाई जसबीर को। भाई कर रहे पैकिंग ते हुण साडे नाल साथ अगे देणगे दिल्ली तक दा रस्ता जींद तों। पहले पिछे चार घंटे दा कट के 3 घंटे बाकी रह गए। हाँ जी, पर भाई थोड़ा बीमार भी है ते उम्मीद करता साफ ठीक रहूगा साडा विशे तरह। हाँ, तो बाकी रास्ते विच देखदे आ के ਹੁਣੇ ਜਵਾਬ ਖੋਲੀ ਸੀਗੀ ਇੱਥੇ ਜਾ ਕੇ ਬਾਈ ਕੋਲ ਮਾਹੌਲ ਬਣਾ ਰਹੀ ਸੀ। ਬਾਈ ਕੋਲ ਥੋੜ੍ਹਾ ਜਿਹਾ ਕੰਮ ਸੀਗਾ ਬਾਈ ਨੂੰ ਅਤੇ ਜਸਵੀਰ ਸਿੰਘ ਕੰਮ ਦੇਖ ਰਹੇ ਨਹੀਂ ਹਲੇ ਆਪਦਾ। ਅਤੇ ਮੈਨੂੰ 15 ਮਿੰਟ ਹੋ ਚੁੱਕੇ ਆਈ ਨੂੰ ਅਤੇ ਹੋਰ 15 ਮਿੰਟ ਤੱਕ ਅਸੀਂ ਦੌੜਨਾ ਇੱਥੋਂ। ਠੀਕ ਹੈ ਜੀ, ਅਤੇ ਅੱਗੇ ਰਸਤੇ ਵਿੱਚ ਫਿਰ ਪੜ੍ਹਦੇ ਆ ਨਾ, ਜੁੜੇ ਰਹੋ। ਹਾਂਜੀ ਦੋਸਤੋ, ਸੋ ਅਸੀਂ ਤਿਆਰੀ ਖਿੱਚ ਲਈ ਹੋਈ ਆ ਦੋਨਾਂ ਨੇ ਅਤੇ ਹੁਣ ਅਸੀਂ ਦਿੱਲੀ ਜਾ ਰਹੇ ਹਾਂ, ਕਰੋਲ ਬਾਗ ਵਾਲੀ ਸਾਈਡ। ਉਹ ਭਲੇ ਅਸੀਂ ਬਾਈਕ ਅਤੇ ਨਾਲ ਮੇਰੇ ਪਿੱਛੇ ਰਬਾਬ ਵੀ ਟੰਗੀ ਹੋਈ ਆ। ਸੋ ਰਬਾਬ ਮੋਸਟਲੀ ਮੇਰੇ ਨਾਲ ਹੀ ਹੁੰਦੀ ਆ ਜ਼ਿਆਦਾਤਰ ਜਿੱਥੇ ਮੈਂ ਸਫ਼ਰ 'ਤੇ ਜਾਵਾਂ। ਸੋ ਅੱਗੇ ਵੱਧਦੇ ਹਾਂ ਹੁਣ, ਅਤੇ ਹੁਣ ਬਾਈਕ ਅੱਗੇ। ਹਾਂਜੀ ਦੋਸਤੋ, ਸੋ ਅਸੀਂ ਪਹੁੰਚ ਚੁੱਕੇ ਹਾਂ ਸੋ ਜਸਵੀਰ ਬਾਈ ਸਾਡੇ। ਹਾਂਜੀ ਕਿੱਦਾਂ ਹੁਣ? ਹਾਰ ਕਰਕੇ ਥੋੜੀ ਦਿੱਕਤ ਆ, ਨਹੀਂ ਤਾਂ ਆਪਾਂ ਕੰਮ ਨੱਪ ਕੇ ਰੱਖਣਾ ਸੀ। ਕਿੰਨਾ ਕੁ ਨੱਪ ਗਏ? ਸਾਰੇ ਪਾਦੇ ਬੱਚੇ ਫੰਕਸ਼ਨ ਕਰਦੇ ਆ ਨਾਲ। ਤੇ ਆ ਰਿਹਾ ਆਪਣਾ ਕਾਲਾ ਝੋਟਾ। ਇਹ ਬਾਈਕ ਨੂੰ ਇੰਨਾ ਪਿਆਰ ਦੇਣ ਲਈ, ਮੋਡੀਫਿਕੇਸ਼ਨ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਹੈ। ਸਾਰੇ ਨੇ ਬਹੁਤ ਪਿਆਰ ਦਿੱਤਾ ਇਹਨੂੰ, ਜਿੱਥੋਂ ਵੀ ਲੰਘਦਾ ਹੈਗਾ ਸਾਰੇ ਲੋਕ ਬੜਾ ਪਿਆਰ ਦਿੰਦੇ ਆ। ਸੋ ਆਓ ਹੁਣ ਛੱਕਦੇ ਹਾਂ, ਖਾਂਦੇ ਹਾਂ, ਚੱਲੀਏ ਅੱਗੇ ਆ ਜਾਓ। ਸਾਡੇ ਤਸਵੀਰ ਬਾਈ ਜੀ ਕਨਫਿਊਜ਼ ਹੁੰਦੇ ਹੋਏ ਔਡਰ ਕਰਨ ਦੇ ਵਿੱਚ, ਬਾਈ ਆਖਰ ਨੂੰ ਤਾਂ ਪੈਕ ਦੇਗਾ ਤਾਂ ਡਿੱਗਣਾ, ਜੋ ਮਰਜ਼ੀ ਦੇਖ ਲਓ ਕਰ ਦਿਓ ਪਹਿਲਾਂ ਹੀ ਔਡਰ। ਉਹ ਤੁਸੀਂ ਦੇਖੋ ਵੀਰੇ, ਮੈਂ ਤਾਂ ਕਹਿੰਦਾ ਉਹੀ ਆਉਣ ਦੋ ਦਾਲ ਮੱਖਣੀ ਤੇ ਬਟਰ ਨਾਨ, ਤੁਸੀਂ ਤੁਹਾਡੇ ਲਈ ਠੀਕ ਰਹੂਗਾ। ਬਸ ਚੱਕ ਦਿਓ ਫੱਟੇ, ਚੁੱਕ ਦਿਓ ਫੱਟਾ, ਕਰ ਦਿਓ ਔਡਰ ਫਿਰ। ਦਾਲ ਮੱਖਣੀ ਦੇ ਨਾਲ ਕੀ ਕਰਨਾ ਵੀਰੇ? ਜੋ ਮਰਜ਼ੀ ਕਰੋ, ਜੋ ਤੁਹਾਡੀ ਖੁਸ਼ੀ। ਬਾਈ ਨਾ ਬਹੁਤ ਕਨਫਿਊਜ਼ ਹੋ ਜਾਂਦਾ ਔਡਰ ਦੇਣ ਲੱਗੇ ਲੋਕ। ਦੇਖੋ ਮੇਰੀ ਤਾਂ ਇੱਕੋ ਇੱਕ ਗੱਲ ਹੈ, ਦਾਲ ਮੱਖਣੀ ਅਤੇ ਪਕਵਾਨ ਕਰਦੇ ਹਾਂ ਅਤੇ ਬਾਕੀ ਅੱਗੇ ਦੇਖਦੇ ਹਾਂ ਜੀ। ਜਿਵੇਂ ਕਿ ਹੋਰ ਕੌਫੀ ਵਗੈਰਾ ਪੀਵਾਂਗੇ ਜਾਂ ਫਿਰ ਹੋਰ ਦੇਖਾਂਗੇ ਨਾ, ਲੱਸੀ ਵੀ, ਲੱਸੀ ਜਾਂ ਕੌਫੀ ਪਹਿਲਾਂ ਚੱਕ ਕੇ। ਸਾਡੇ ਨਾਲ ਦੇਖੋ ਕਲੋਲ ਹੋ ਗਈ, ਅਸੀਂ ਮੰਗਵਾਏ ਤਾਂ ਬਟਰ ਨਾਨ ਸੀ ਅਤੇ ਤੰਦੂਰੀ ਰੋਟੀਆਂ ਅਤੇ ਘਿਓ ਲਾ ਕੇ ਕਹਿੰਦੇ ਬਟਰ ਨਾਨ ਹੈ। ਹੁਣ ਦੁਬਾਰਾ ਬਟਰ ਨਾਨ ਮੰਗਵਾਏ ਆ ਅਤੇ ਉਹ ਕਹਿੰਦੇ ਨਹੀਂ ਨਹੀਂ ਗਲਤੀ ਹੋ ਗਈ, ਤੰਦੂਰੀ ਰੋਟੀਆਂ ਨੇ, ਇਹ ਬਟਰ ਨਾਨ ਦੁਬਾਰਾ ਦੇ ਕੇ ਜਾਣਗੇ। ਹੁਣ ਦੇਖਦੇ ਨੇ ਬਾਕੀ। ਹਾਂਜੀ ਦੋਸਤੋ, ਅਸੀਂ ਦਿੱਲੀ ਪਹੁੰਚੇ ਹੋਏ ਹਾਂ ਅਤੇ ਰਾਤ ਦੇ 9:30 ਹੋ ਚੱਲੇ ਆ ਅਤੇ ਹੋਟਲ ਵਗੈਰਾ ਦੇਖ ਰਹੇ ਹਾਂ। ਬਾਈ ਹੁਣ ਤਾਂ ਬੀਜੀ ਹੈ, ਸਾਰੇ ਹੁਣ ਲਾ ਰਹੇ ਆ ਕਾਲਾਂ ਅਤੇ ਦੇਖਦੇ ਹਾਂ ਹੁਣ ਹੋਟਲ ਅਤੇ ਨਾਲ ਦੋਸਤ ਨੂੰ ਮਿਲਦੇ ਹਾਂ ਅਤੇ ਤੁਹਾਨੂੰ ਜਲਦੀ ਮਿਲਾਉਂਦੇ ਹਾਂ। ਉਹ ਇੱਕ ਬਹੁਤ ਵਧੀਆ ਇਨਸਾਨ ਹੈ, ਸੋ ਉਹ ਮਿਲਦੇ ਹਾਂ। ਸੋ ਦੋਸਤੋ, ਅਸੀਂ ਹੋਟਲ ਲੈ ਲਿਆ ਹੋਇਆ ਕਿਆ ਦਿੱਲੀ ਸੇ ਦਿਲ ਵਾਲੇ ਯਾ। ਸੋ ਇਹਨਾਂ ਨੇ ਹੋਟਲ ਬੁੱਕ ਕਰਵਾ ਕੇ ਦਿੱਤਾ, ਥੈਂਕਸ ਵੀਰ। ਹੋਟਲ ਇਹਨਾਂ ਬੁੱਕ ਕਰਾ ਕੇ ਦਿੱਤਾ ਪਰ ਪੇਮੈਂਟ ਅਸੀਂ ਵੀ ਕਰ ਰਹੇ ਹਾਂ, ਤੁਸੀਂ ਵਿੱਚ ਰਹਿ ਜੀ ਉਹ ਬਿਲਕੁਲ। ਸੋ ਇਹ ਰੂਮ ਹੈ,
मैं लगता कैमरा थोड़ा ब्लर है आई थिंक या हुन बेटर या हाँ जी वीर भाई हम आप कितने जा रहे घूमन वहां में क्या मालूम यार जहां आप ले जाओगे हम तो पीछे पीछे आ जाएंगे जैसा उठाकर हाँ हाँ बाकी वही पीछे ही बैठेंगे चलो बताओ कहाँ जहाँ आप ले जाओ जहाँ आप ले जाओ तेरा नहीं कुछ हो सकता नहीं देखना हैगा ये असल दे विच गल कर ही दिया रात नूं 2 बजे की लोग गुरुद्वारे चले जांदे आ कहिंदा मेरे कान नूं छेड़ दिओ कोई इहने वी उठ के तप्पे तो फिर कित्थे लैके जा रहे हो होर लोक दा घैंट ने यार वधिया उधर असीं देखे ने 3000 च वी आई चीज मिलदी सी बिल्कुल दोस्त तुसीं साडे ब्लॉग दा हिस्सा बन चुके हो बहुत बहुत मुबारक सो दोस्तों ये तुहानूं दसदा कि वीरगल ने नैटफ्लिक्स ते इन्हां ने बहुत वधिया काम कीता होया ते अगे कमिंग सून होर ही प्रोजेक्ट्स आ रहे ने एक्टिंग मॉडलिंग बहुत जल्दी तुसीं देखोगे इन्हां वड्डे प्लेटफॉर्म ते वड्डे वड्डे आर्टिस्ट नाल खैर खुद भी वड्डे ही आर्टिस्ट ने ते कमिंग सून इन्हां नाल भी लोक रोल करन लई तरसणगे सो ब्रदर एक डायलॉग तो हो जाए एक डायलॉग कौन सा एक डायलॉग कोई भी ऐसा ना हो जाते वो लड़की जिदा लड़की नहीं कहते गए कोई एक डायलॉग तो सुना था और कह दिया मोलिया दस दे इन्हों मैं तेरी पक्की पक्की शूट बहुत फेमस ऐसे आप ही बहुत फेमस हो जाओगे दिल्ली का फेमस चलोगे सो दोस्तों हम मैं थोड़ा फ्रेश होके फिर असीं सारे निकल रहे हैं ठीक है ते जिते जिते जावांगे सो तुहानू घुमाउने आ नाल आओ सो दोस्तों वीर भाई दी गड्डी विच हुण असीं चलन लगे हाँ ये नहीं पता हम कितने लैके जाएंगे सानू पर भाजी घुमा कि घुमा थानू वाह भाई ब्लू ब्लू है सब कुछ भाजी कारोबार सही गल है बैठो सो दोस्तों वीर भाई ना असि निकल चुके हैं मेरा काले काले देखते हैं हम भाजी वैसे हम लेके कितने जा रहे हैं बाय द वे केड़ा वे जिथे वाहेगुरु ले जाए वाहेगुरु तो बहुत जगह लेके जाता है पर इंसान जाता नहीं जो मेन रोड है दिल्ली तो हले भी पूरा फुल रश होगा ना देखो दिल्ली दी गलियां ऐसी खाली भी हुंदियां क्या जी सीपी अभी हम लोग आ गए सीपी कनॉट प्लेस यार इधर लाइट ना एक मिनट बाद लाइट ये तो खासियत है दिल्ली में क्या खासियत है यार चंडीगढ़ और दिल्ली में एक ही चीज कॉमन है लाइट डिस्को लाइट्स सही है उधर को चलान कट रहा होते
रोक लिया पुलिस वालों ने, जंप मारी। वो देखो दिख रहा पाजी? हाँ सही है। कितने बजे, कितने बजे दिखाओ, टाइम दिखा दो। टाइम हो गया 11:15। कितने बजे सो जाते हैं बाकी जगह सब लोग? बिल्कुल। और यहाँ भीड़ देखो हमारे छोटे शहरों में तो खास करके। ये आ गए हम कनॉट प्लेस। 11:15 हुए हैं रात दे, तो तुसी ही देख रहे हैं दिल्ली। वैसे अक्सर बहुत सारे लोग आ रहे हो कोई बता रही हो तो 50 जगह है कोई थोड़ी है फ्रैंक फिंग 50 जगह ऑफिस। हाँ जी दोस्तों अभी पहुंच चुके हैं। आप कितने पहुंच चुके हैं? सीपी जैन चावल। हाँ इतने पहुंच चुके हैं। तो चावल से तुसी देखो किन्ना इकट्ठा इतने लोग जुड़े हुए ने, किन्नी भीड़ है, स्पेशल वेटिंग चल रही है इतों की। तो देखो जैन चावल किन्नी वेटिंग है, किन्ना कट है, किन्ने लोग। वीर गुम हो गया। देखो ये कितना ही काट देख रहे हो दोस्तों कितनी भीड़ लगी है, स्पेशल वेटिंग चल रही है सारे के लिए। रात दे 11:30 हो चुकी है। नहीं हम भी इसके पास आए हुए हैं। हाँ जी क्या है क्या बिल्कुल भाजी सब लेके आए नहीं कहते तुम दिखाने यार आम शहर के बच्चे या फिर लोग सो रहे होंगे बुरी नींद के बच्चे भाई वधिया हेयर स्टाइल क्या है था आईटी गर्ल ना हो जी। दोस्तों मैं भी कह रहा फ्रेश लाइम ते भाजी वाली कूलर चाह भी कह रहे ने दसो जी पीनी है नहीं नहीं वो कहते नहीं चलो आप भी नहीं पीनी है नो हम कह लगे हाँ पीनी है चलो कोई गल नहीं जरा जिन्होंने चाह पीनी है बना के पी लो हम अभी चल रहे क्या बात है पंजाबी लोग मोस्टली तो इतने एयरपोर्ट पे ही होंगे यार है ना ਖਿੰਗੜਾ ਜਾਂ ਫਿਰ ਜਿਨ੍ਹਾਂ ਦਾ ਤਾਲੁਕ ਫਿਲਮ ਇੰਡਸਟਰੀ ਦੇ ਨਾਲ ਹੈ ਉਹ ਲੋਕ ਹੁੰਦੇ ਨੇ ਮੈਂ ਦਿੱਲੀ 4-5 ਵਾਰ ਆਇਆ ਬਟ ਏਅਰਪੋਰਟ ਤੱਕ ਹੀ ਆਇਆ ਕਿਸੇ ਨੇ ਚੜਾਉਣ ਕਿਸੇ ਨੂੰ ਲੈਣ ਬਟ ਇੱਦਾਂ ਕਦੇ ਘੁੰਮਿਆ ਨਹੀਂ दर्शन करावांगे नहीं तो तुहानू पता मोस्टली गुरुद्वारा साहिब दे विच वीडियोस बंद है ना क्योंकि बहुत लोग तुहानू पता जो गंद भी पा रहे ने ਤੇ ਵੈਸੇ ਤਾਂ ਬੰਗਲਾ ਸਾਹਿਬ ਦਾ ਲਾਈਵ ਆਉਂਦਾ ਹੀ ਹੈ ਸਭ ਨੇ ਦੇਖਿਆ ਹੀ ਹੈ ਤੇ ਚਲੋ ਅੱਜ ਦਰਸ਼ਨ ਕਰਨ ਜਾ ਰਿਹਾ ਮੈਂ ਵੀ ਫਸਟ ਟਾਈਮ ਹੀ ਚੱਲਾ ਬੰਗਲਾ ਸਾਹਿਬ ਗੁਰਦੁਆਰੇ ਤਾਂ ਵੀਡੀਓ ਤੋਂ ਨਹੀਂ ਬਣ ਪਾਊਗੀ ਹੈ ਨਾ ਵੈਸੇ ਉੱਤੇ ਸੋ ਚਲੋ ਦੇਖਦੇ ਹਾਂ ਕਿ ਅੱਗੇ ਹੋਰ ਉਸ ਤੋਂ ਬਾਅਦ ਜੇ ਕਿਤੇ ਘੁੰਮਣ ਦੀ ਜਗ੍ਹਾ ਹੋਈ ਤਾਂ ਦੇਖਾਂਗੇ ਨਹੀਂ ਤਾਂ ਫਿਰ ਗੁੱਡ ਨਾਈਟ ਕਰਾਂਗੇ है दोस्तों बंगला सब गुरुद्वारा
ਅੱਜ ਦੋਸਤੋ ਅਸੀਂ ਹੁਣ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਦੇ ਵਿੱਚੋਂ ਨਿਕਲ ਰਹੇ ਹਾਂ। ਸੋ ਸੋਚਿਆ ਨਹੀਂ ਸੀਗਾ ਕਿ ਅੱਜ ਦਰਸ਼ਨ ਹੋਣਗੇ, ਬਟ ਰੀਚ ਬਹੁਤ ਸਮੇਂ ਤੋਂ ਸੀ। ਸੋ ਬਹੁਤ ਬਹੁਤ ਧੰਨਵਾਦ ਇਸ ਵੀਰ ਦਾ, ਅਤੇ ਨਾ ਵੀ ਵੀਰ ਹੀ ਵੀਰ ਗਿਰ, ਅਤੇ ਜਿਨ੍ਹਾਂ ਨੇ ਦਰਸ਼ਨ ਕਰਾਏ। ਸ਼ਾਇਦ ਇਹ ਸੇਵਾ ਇਹਨਾਂ ਦੀ ਹਿੱਸੇ ਲਿਖੀ ਹੋਈ ਸੀਗੀ। ਅਤੇ ਅਸੀਂ ਸੋਚਦੇ ਵੀ ਆ ਰਹੇ ਸੀ ਰਸਤੇ ਦੇ ਵਿੱਚੋਂ ਕਿ ਕਿਸੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕੀਤੇ ਜਾਣ, ਹੈ ਨਾ, ਖਾਸ ਕਰਕੇ ਇੰਨਾ ਇਤਿਹਾਸਿਕ ਅਤੇ ਪਾਵਨ ਗੁਰਦੁਆਰਾ। ਸੋ ਜਿੰਨਾ ਆ ਕੇ ਇੱਥੇ ਆਨੰਦ ਮਿਲਿਆ, ਜਿੱਥੇ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਆ, ਉਹ ਹਰ ਜਗ੍ਹਾ 'ਤੇ ਆਨੰਦ ਹੈ, ਹਰ ਜਗ੍ਹਾ 'ਤੇ। ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ, ਉੱਥੇ ਤਾਂ ਹੈਗੀ ਹੈ ਨਾ। ਸੋ ਬਹੁਤ ਹੀ ਸਕੂਨ, ਬਹੁਤ ਹੀ ਆਨੰਦ, ਇਸ ਦਾ ਸ਼ਾਇਦ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਹੁਣ ਵੀਰ ਭਾਈ ਸਾਨੂੰ ਸਾਡੇ ਹੋਟਲ ਤੱਕ ਛੱਡਣਗੇ, ਅਤੇ ਫਿਰ ਅਸੀਂ ਸੋ ਜਾਵਾਂਗੇ, ਅਤੇ ਮਿਲਦੇ ਹਾਂ ਫਿਰ ਕੱਲ੍ਹ। ਟੇਕ ਕੇਅਰ। ਹਾਂਜੀ ਦੋਸਤੋ, ਸੋ ਤੁਹਾਨੂੰ ਇਹ ਦੱਸਣਾ ਸੀ ਸਾਡਾ ਹੋਟਲ ਜਿਹੜਾ ਅਤੇ ਸੋਣਾ ਹਾਲੇ ਕੈਂਸਲ ਹੋ ਗਿਆ, ਕਿਉਂਕਿ ਭਾਅ ਜੀ ਕਹਿੰਦੇ ਹੁਣ ਤੁਹਾਨੂੰ ਇੰਡੀਆ ਗੇਟ ਲੈ ਕੇ ਚੱਲਦੇ ਹਾਂ। ਭਾਅ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਇੰਨਾ ਘੁਮਾਉਣ ਦੇ ਲਈ, ਇੰਨਾ ਘੁਮਾਉਣ ਦੇ ਲਈ। ਜੂਮ ਬਰਾਬਰ ਜੂਮ, ਸਹੀ ਹੈ। ਦਿੱਲੀ ਰੋਡਸ ਰਾਤ ਦੇ 1:00 12:53। ਸਾਡੇ ਜਸਵੀਰ ਬਾਈ ਜੀ, ਬਾਈ ਦੀ ਥੋੜੀ ਤਬੀਅਤ ਢਿੱਲੀ ਹੈ, ਸੋ ਅਸੀਂ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਜਲਦੀ ਜਲਦੀ ਸਾਰਾ ਕੁਛ ਘੁੰਮ ਰਹੇ ਹਾਂ, ਅਤੇ ਉਮੀਦ ਕਰਦੇ ਹਾਂ ਫਿਰ ਜਲਦੀ ਫੋਨ ਦੇ ਵਿੱਚ ਹੀ ਪਹੁੰਚਾਂਗੇ ਅਸੀਂ, ਅਤੇ ਇੰਡੀਆ ਗੇਟ ਘੁੰਮਣ ਚੱਲੇ ਹਾਂ। ਬੰਗਲਾ ਸਾਹਿਬ ਤੋਂ ਕਿੰਨੀ ਦੂਰ ਪੈ ਜਾਂਦਾ ਇੰਡੀਆ ਗੇਟ? 5 ਮਿੰਟ 6 ਮਿੰਟ ਔਰ ਕਾਬਗੰਜ ਗੁਰਦੁਆਰਾ ਕਿੰਨੀ ਦੂਰ ਪੈ ਜਾਂਦਾ ਬੰਗਲਾ ਸਾਹਿਬ ਤੋਂ? 5-10 ਮਿੰਟ ਮਤਲਬ ਕਿ 10-10 ਮਿੰਟ ਦੀ ਦੂਰੀ 'ਤੇ ਹੀ ਹੈ ਤਕਰੀਬਨ ਸਭ ਕਾਬਗੰਜ ਸਿਸਗੰਜ ਸਾਹਿਬ। ਤੁਸੀਂ ਨਾਈਟ ਦਾ ਦੇਖ ਰਹੇ ਹੋ ਨਜ਼ਾਰਾ ਦਿੱਲੀ ਦੀਆਂ ਰੋਡਸ ਦਾ। ਇਹ ਰੋਡ ਤੇ ਸਾਰੀਆਂ ਆਈਸਕ੍ਰੀਮ ਦੀਆਂ ਰੇੜੀਆਂ ਦਿਖਣਗੀਆਂ ਜੀ। ਕਿਹੜਾ ਰੋਡ ਹੈ ਜੀ? ਇੰਡੀਆ ਗੇਟ ਰੋਡ। ਸਾਰੇ ਰਾਤ ਨੂੰ ਇੱਥੇ ਆਈਸਕ੍ਰੀਮ ਖਾਣ ਆਉਂਦੇ ਆ, ਦੂਰ ਦੂਰ ਤੱਕ ਜਿੰਨਾ ਮਰਜ਼ੀ, ਸਾਰੀਆਂ ਆਈਸਕ੍ਰੀਮ ਦੀਆਂ ਰੇੜੀਆਂ। ਖਾਣੀ ਆਈਸਕ੍ਰੀਮ ਬਾਈ ਪਲੀਜ਼ ਸੁਣਾਈਏ ਥੋੜਾ। ਆ ਗਏ ਹਮ ਲੋਕ ਇੰਡੀਆ ਗੇਟ, ਆ ਗਏ ਇੰਡੀਆ ਗੇਟ ਪਹੁੰਚ ਗਏ ਹੈ। ਇੰਡੀਆ ਗੇਟ ਹੈਗਾ, ਫੋਲੋ ਮਾਈ ਚੈਨਲ, ਸਬਸਕ੍ਰਾਈਬ। ਉਹ ਦੇਖੀ ਨਾ, ਮੈਂ ਰੀਅਲ ਦੇਖੀ ਹੈ। ਇਹ ਹੈ ਬਈ ਇੰਡੀਆ ਗੇਟ ਦਾ ਨਜ਼ਾਰਾ। ਇਹ ਰਾਜਪਥ ਹੈ ਜਹਾਂ ਸੇ ਪਰੇਡ ਨਿਕਲਤੀ ਹੈ। ਯੇ ਰਹਾ ਇੰਡੀਆ ਗੇਟ, ਲਾਈਟ ਬੰਦ ਕਰ ਦੀ ਰਾਤ ਮੇਂ। ਯੇ ਰਹਾ ਇਹ ਹੈ ਜੀ ਇੰਡੀਆ ਗੇਟ। ਯਾਰ ਰੁਕ, ਇੰਡੀਆ ਗੇਟ ਭਾਜੀ
ਤੁਹਾਨੂੰ ਦਿਖਾਉਣ ਆਏ ਆ ਬਟ ਇਸ ਟਾਈਮ ਤੇ ਅਸੀਂ ਲੇਟ ਹੋਏ ਕਾਫੀ ਤਾਂ ਕਰਕੇ ਰੁਕਣੇ ਨਹੀਂ ਦਿੱਤੇ ਇਧਰ ਰਾਤ ਨੂੰ ਬੰਦ ਹੋ ਜਾਂਦੇ ਸੀ ਅਸੀਂ ਬਸ ਇੱਦਾਂ ਹੀ ਘੁੰਮ ਕੇ ਚੱਲੇ ਆ ਬਣਾ ਰਿਹਾ ਜੋ ਮੋਦੀ ਘਰ ਆਪਣਾ ਹਾਂ ਅੱਛਾ ਇਧਰ ਸੈਂਟਰਲ ਰਿਸਟਾ 20,000 ਕਰੋੜ ਇਹ ਮੋਦੀ ਦਾ ਘਰ ਮੋਦੀ ਦਾ ਘਰ ਨਹੀਂ ਨਿਊ ਪਾਰਲੀਮੈਂਟ ਉਸ ਨੂੰ ਘਰ ਵੀ ਲਾ ਰਿਹਾ ਹਾਂ ਅਭੀ ਕਿਉਂਕਿ ਸਿਰਫ 2 ਸਾਲ ਹੋਰ ਜੀਣਾ ਹੈ ਨਾ ਇਸ ਲਈ ਜੋ ਦੇ ਦੇ ਕਰ ਸਾਰਾ ਟਾਟਾ ਟਾਟਾ ਬਣਾ ਰਿਹਾ ਬਤਾ ਦੋਸਤੋ ਇਹ ਸੀ ਸਾਡੀ ਇੰਡੀਆ ਗੇਟ ਦੀ ਪੇਸ਼ਕਸ਼ ਸੋ ਜਿਹੜੀ ਤੁਸੀਂ ਦੇਖੀ ਹੈ ਬਹੁਤ ਦੂਰੋਂ ਦੂਰ ਕੀ ਪੇਸ਼ਕਸ਼ ਸੋ ਅਬ ਹਮ ਜਾ ਰਹੇ ਹਾਂ ਹੋਟਲ ਮੇਂ ਤਬ ਸੋ ਜਾਏਂਗੇ ਔਰ ਫਿਰ ਸੁਬਹ ਉਠੇਂਗੇ ਤੋ ਕੱਲ ਕਾ ਵਲੌਗ ਆਪਕੋ ਦਿਖਾਉਂਗਾ ਠੀਕ ਹੈ ਸੋ ਵੀਰ ਭਾਈ ਤੋ ਕੱਲ ਮੇਰੇ ਸਾਥ ਨਹੀਂ ਹੈ ਕਿਉਂਕਿ ਇਹ ਖੁਦ ਬਹੁਤ ਬਿਜ਼ੀ ਚੱਲ ਰਹੇ ਇਸ ਟਾਈਮ ਪੇ ਪਰ ਅੱਜ ਦਾ ਵਕਤ ਇਹਨਾਂ ਨੇ ਨਿਕਾਲਾ ਬਹੁਤ ਆਭਾਰੀ ਹੂੰ ਸੋ ਕਿਉਂਕਿ ਅੱਜ ਕੀ ਸੇਵਾ ਇਨਕੇ ਹੱਥ ਮੇਂ ਥੀ ਇਸ ਲਈ ਵੀਰ ਭਾਈ ਥੋੜ੍ਹਾ ਬਿਜ਼ੀ ਚੱਲ ਰਹੇ ਹੈ ਚਲੋ ਕਰਦੇ ਬ੍ਰੇਕ ਕੇ ਬਾਅਦ